ਕਹਿੰਦਾ ਵੀ ਮੇਰੇ ਤੇ ਲਾਠੀ ਚਾਰਜ ਕੀਤਾ, ਮੇਰੀਆਂ ਸਾਰੀਆਂ ਭੈਣਾਂ ਤੇ ਮੇਰੀਆਂ ਮਾਤਾਵਾਂ ਤੇ ਵੀ ਲਾਠੀ ਚਾਰਜ ਕੀਤਾ। ਮੇਰਾ ਭਰਾ ਨਿੱਕਾ, ਇਹਨਾਂ ਨੇ ਮੇਰੇ ਦਸਤਾਰ ਵੀ ਪੀਆ ਵੀ ਕੀਤੀ ਗਈ, ਦਸਤਾਰ ਲਾਈ ਜੀ। ਪਟਿਆਲਾ ਨੇੜੇ ਰਾਜਪੁਰਾ ਰੋਡ ਉੱਤੇ ਉਸ ਵੇਲੇ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਸੜਕ ਨੂੰ ਜਾਮ ਕਰਕੇ ਧਰਨਾ ਦੇ ਰਹੀ ਸਿੱਖ ਸੰਗਤ ਉੱਤੇ ਪੁਲਿਸ ਵੱਲੋਂ ਤਸ਼ੱਦਦ ਕੀਤਾ ਗਿਆ, ਲਾਠੀ ਚਾਰਜ ਕੀਤਾ ਗਿਆ। ਇਸ ਦੌਰਾਨ ਪੁਲਿਸ ਅਤੇ ਸਿੱਖ ਸੰਗਤਾਂ ਦੇ ਵਿੱਚ ਝੜਪ ਵੀ ਦੇਖਣ ਨੂੰ ਮਿਲੀ। ਇਸ ਮੌਕੇ ਤੇ ਸਿੱਖ ਸੰਗਤਾਂ ਦੇ ਮੁਤਾਬਕ ਪੁਲਿਸ ਵੱਲੋਂ ਉਹਨਾਂ ਦੇ ਕੇਸਾਂ ਦੀ ਬੇਅਦਬੀ ਵੀ ਕੀਤੀ ਗਈ ਹੈ, ਜਿਸ ਤੋਂ ਬਾਅਦ ਯੂਨਾਈਟਿਡ ਸਿੱਖ ਪਾਰਟੀ ਅਤੇ ਦਮਦਮੀ ਟਕਸਾਲ ਰਾਜਪੁਰਾ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਕਮੇਟੀ ਵੱਲੋਂ ਗ੍ਰੰਥੀ ਸਿੰਘ ਨਾਲ ਬਦਸਲੂਕੀ ਕੀਤੇ ਜਾਣ ਤੋਂ ਬਾਅਦ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਸੀ ਕੀਤੀ ਜਾ ਰਹੀ, ਜਿਸ ਕਾਰਨ ਉਹਨਾਂ ਨੂੰ ਸੜਕ ਉੱਤੇ ਧਰਨਾ ਦੇਣਾ ਪਿਆ। ਪਰ ਇੱਥੇ ਪੁਲਿਸ ਵੱਲੋਂ ਉਲਟਾ ਉਹਨਾਂ ਨਾਲ ਹੀ ਧੱਕਾ ਕੀਤਾ ਗਿਆ। ਮੈਂ ਬੇਨਤੀ ਕਰਦਾ ਚਾਹੁੰਦਾ ਵੀ ਮੇਰੇ ਤੇ ਲਾਠੀ ਚਾਰਜ ਕੀਤਾ, ਮੇਰੀਆਂ ਸਾਰੀਆਂ ਭੈਣਾਂ ਤੇ ਮੇਰੀਆਂ ਮਾਤਾਵਾਂ ਤੇ ਵੀ ਲਾਠੀ ਚਾਰਜ ਕੀਤਾ। ਸ਼ੁਰੂਆਤ ਇਹਨਾਂ ਨੇ ਕੀਤੀ ਜੀ, ਛੋਟੇ ਛੋਟੇ ਬੱਚੇ 1.5 ਸਾਲ ਦੇ, ਅਤੇ ਜਿਹੜੇ ਮੇਰੀਆਂ ਵੱਡੀਆਂ ਭੈਣਾਂ ਮੇਰੇ ਨਾਲ, ਜਿਹੜੇ ਕੀਰਤਨ ਜਥਾ ਬੀਬੀ ਨਾਨਕੇ ਨਿਸ਼ਕਾਮ ਸੇਵਾ ਕੀਰਤਨ ਜਥਾ, ਉਹਨਾਂ ਦੇ ਭੈਣਾਂ ਤੇ ਵੀ ਲਾਠੀ ਚਾਰਜ ਕੀਤਾ ਗਿਆ, ਅਤੇ ਮੇਰੀਆਂ ਮਾਤਾਵਾਂ ਜਿਹੜੀਆਂ ਨੜੂ ਪਿੰਡ ਦੀਆਂ ਸੰਗਤਾਂ, ਉਹਨਾਂ ਸਾਰਿਆਂ 'ਤੇ ਲਾਠੀ ਚਾਰਜ ਕੀਤਾ। ਦਾਸ 'ਤੇ ਜਿਹੜੀ ਦਸਤਾਰ ਆ ਉਹ ਲਾਈ ਗਈ, ਵੀ ਉੱਥੇ ਕੇਸ ਦੀ ਬੇਅਦਬੀ ਕੀਤੀ ਗਈ ਮੇਰਿਆਂ ਦੀ, ਵੀ ਇੱਥੇ ਮੇਰੇ ਸਾਰੇ ਉੱਥੇ ਇਹਨਾਂ ਨੇ ਮੈਨੂੰ ਕੁੱਟਿਆ ਚੰਗੀ ਤਰ੍ਹਾਂ, ਵੀ ਮੇਰੇ ਟਾਂਗਾ ਵੀ ਫੇਰੀਆਂ ਇਹਨਾਂ ਨੇ, ਵੀ ਉਹਦੇ ਕੇਰਾਂ ਦਾ ਮੈਂ ਪੁਲਿਸ ਨੂੰ ਫੜ ਲਿਆ ਸੀ, ਪਰ ਇਹਨਾਂ ਨੇ ਸਾਰਿਆਂ ਨੇ ਮੇਰੇ ਇਕੱਠੇ ਹੋ ਕੇ ਕੇਰਾਂ, ਵੀ ਜਿਵੇਂ ਜਿਹੜਾ ਹੁੰਦਾ ਹੈਗਾ ਝੁੰਡ ਹੁੰਦਾ, ਵੀ ਮੇਰੇ ਉੱਤੇ ਇਹਨਾਂ ਨੇ ਆਹ ਝੁੰਡ ਬਣਾ ਕੇ ਇਹਨਾਂ ਨੇ ਮੈਨੂੰ ਮੇਰੇ ਸਾਰੇ 'ਤੇ ਲਾਠੀ ਚਾਰਜ, ਮੇਰਾ ਭਰਾ ਨਿੱਕਾ ਇਹਨਾਂ ਨੇ ਮੇਰੇ ਦਸਤਾਰ ਦੀ ਬੇਅਦਬੀ ਕੀਤੀ ਗਈ, ਇਹਨੇ ਦਸਤਾਰ ਲਾਈ ਜੀ। ਦੇਖੋ ਜੀ, SCPC ਦੇ ਅਧੀਨ ਗੁਰਦੁਆਰਾ ਸਾਹਿਬ ਆਉਂਦਾ ਪਿੰਡ ਨਰੜੂ ਦਾ, ਉੱਥੇ ਜਿਹੜੇ SCPC ਦੇ ਵੱਲੋਂ ਬਣਾਈ ਗਈ ਕਮੇਟੀ ਹੈ, ਉਹਦੇ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ ਪਿੰਡ ਦੇ ਬੰਦਿਆਂ ਨੂੰ ਦੇਣ 'ਤੇ ਪਾਬੰਦੀ ਲਾ ਦੀ ਸੀ। ਇੱਥੋਂ ਤੱਕ ਕਿ ਪਿੰਡ ਦੇ ਸਰਪੰਚ ਨੂੰ ਵੀ ਕਈ ਸਿਫਾਰਿਸ਼ਾਂ ਪਾਉਣ ਤੋਂ ਬਾਅਦ 10 ਬੰਦਿਆਂ ਦੀ ਫਿਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦਿੱਤਾ ਗਿਆ, ਫਿਰ ਗ੍ਰੰਥੀ ਸਿੰਘ ਨਾਲ ਮਤਲਬ ਮਾੜਾ ਵਿਵਹਾਰ ਕੀਤਾ ਗਿਆ, ਉਹਨੂੰ ਕੱਢਿਆ ਗਿਆ ਗੁਰਦੁਆਰੇ ਚੋਂ। ਸੋ ਉਹਦੇ ਖਿਲਾਫ਼ ਕੇਸ ਦਰਜ ਕਰਾਉਣ ਲਈ ਦਰਖਾਸਤ ਦਿੱਤੀ ਗਈ। ਗ੍ਰੰਥੀ ਸਿੰਘ ਨਾਲ ਵੀ ਧੱਕਾ ਹੋ ਰਿਹਾ ਸੀ ਇਸ ਪਿੰਡ 'ਚ, ਅਤੇ ਅਸੀਂ ਅੱਜ ਸਵੇਰੇ ਇੱਥੇ 9 ਵਜੇ 9:30 ਵਜੇ ਦੇ ਆਏ ਹਾਂ, ਅਤੇ ਉਹਨਾਂ ਨੂੰ ਬੇਨਤੀਆਂ ਕਰਦੇ ਰਹੇ ਹਾਂ, ਕਮੇਟੀ ਨੂੰ ਵੀ ਆਓ ਇੱਥੇ ਗੱਲਬਾਤ ਕਰੋ, ਪ੍ਰਸ਼ਾਸਨ ਨੂੰ ਵੀ ਕੀਤੀ ਹੈ, ਪ੍ਰਸ਼ਾਸਨ ਵੱਲੋਂ ਬਾਰ ਬਾਰ ਕਿਹਾ ਜਾ ਰਿਹਾ ਸੀ ਵੀ ਹੁਣ ਆ ਰਹੇ ਹਾਂ 5 ਮਿੰਟ 'ਚ 10 ਮਿੰਟ 'ਚ। ਇਹਦੇ ਵਿਰੋਧ 'ਚ ਜਦੋਂ ਨਹੀਂ ਆਏ, ਉਹਨਾਂ ਦੇ ਖਿਲਾਫ਼ ਕਾਰਵਾਈ ਲਈ ਸਿੱਖ ਸੰਗਤਾਂ ਨੇ ਇੱਥੇ ਰਾਜਪੁਰਾ ਪਟਿਆਲਾ ਰੋਡ 'ਤੇ ਧਰਨਾ ਲਾਇਆ, ਤਾਂ ਉਹ ਧਰਨਾ 1.5 ਘੰਟੇ ਹਜੇ ਲੱਗਿਆ ਸੀ, ਸਿੱਖ ਸੰਗਤਾਂ ਜਾਪ ਕਰ ਰਹੀਆਂ ਸੀ, ਪੁਲਿਸ ਪ੍ਰਸ਼ਾਸਨ ਨੇ ਆ ਕੇ ਧੱਕੇ ਦੇ ਨਾਲ ਸਾਡੇ ਉੱਤੇ ਸਿੱਖਾਂ ਦੇ ਉੱਤੇ ਲਾਠੀਚਾਰਜ ਕੀਤਾ, ਦਸਤਾਰਾਂ ਲਾਈਆਂ, ਕੇਸਾਂ ਦੀ ਬੇਅਦਬੀ ਕੀਤੀ ਗਈ, ਬੀਬੀਆਂ ਦੇ ਛੋਟੇ ਛੋਟੇ ਬੱਚਿਆਂ ਨੂੰ ਵੀ ਮਤਲਬ ਛੱਡਿਆ ਨਹੀਂ ਗਿਆ। ਸੋ ਇੰਨਾ ਵੱਡਾ ਸਾਡੇ ਨਾਲ ਧੱਕਾ ਹੋਇਆ, ਪਲੱਸ ਸਾਡੇ ਕੁਛ ਜਿਹੜੇ ਸਿੰਘ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ।